ਜੋ ਪਿਲੋ ਨਾਮ ਸੀ ਮੇਰਾ ਜੈਜ਼ੀ ਲਾਹੌਰੀਆ, ਪਰ ਗੁਰੂ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਨਾਲ ਜਦੋਂ ਗੁਰੂ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਪੌਲ ਬਖਸ਼ੀ, ਆਪਣਾ ਬਾਣਾ ਬਖਸ਼ ਕੇ ਆਪਣੇ ਚਰਨਾਂ ਨਾਲ ਲਾਇਆ ਅਤੇ ਦਾਸ ਦਾ ਨਾਂ ਜਗਜੀਵਨ ਸਿੰਘ ਖਾਲਸਾ ਹੋ ਗਿਆ। ਸੰਤ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਵਾਲੇ ਸਿੰਘਾ ਮੁੜਿਆ, ਮੈਂ ਕਿਹਾ ਜੀ ਮੁੜਿਆ ਨਹੀਂ ਜਾਂਦਾ। ਮੈਨੂੰ ਕਹਿੰਦੇ ਕੇਸਾ ਧਾਰੀ ਹੋ ਜਾ, ਮੈਂ ਕਿਹਾ ਜੀ ਮੈਂ ਤਾਂ ਹੋ ਨਹੀਂ ਸਕਦਾ। ਸੰਤ ਕਿਸੇ ਨੂੰ ਮਹਾਂਪੁਰਖ ਆਉਂਦੇ ਨਹੀਂ, ਵੀ ਤੂੰ ਕੇਸ ਰੱਖ ਜਾਂ ਨਾ ਰੱਖ, ਤੇਰੀ ਕੋਈ ਪੁਰਾਣੀ ਖੇਡ ਆ, ਤੂੰ ਰੱਖ ਲਾ। ਮੈਂ ਕਿਹਾ ਮੈਨੂੰ ਕੋਈ ਲੱਖ ਰੁਪਈਆ ਦੇਵੇ ਮੈਂ ਤਾਂ ਨਾ ਰੱਖਾਂ। ਅਸੀਂ ਵਾਪਸ ਆ ਗਏ। ਮੈਂ ਕਰਦਾ ਸੀ ਵਿਲਨ ਕਰੈਕਟਰ, ਸਿਰੋਂ ਬਾਲਡ, ਸਿਰ ਤੋਂ ਗੰਜਾ, ਇਕੱਲੀਆਂ ਮੁੱਛਾਂ ਰੱਖਦਾ ਸੀਗਾ, ਮੇਰਾ ਹੈ ਕਰੈਕਟਰ ਹੀ ਹੋ ਰਹੀ ਸੀ। ਤੀਜਾ ਭਜਨ ਥੋੜ੍ਹਾ ਕਰੜਾ ਕੀਤਾ ਉਹਨਾਂ ਨੇ, ਕਹਿੰਦੇ ਚੰਗਾ ਰਹੇਗਾ ਵਾਪਸ ਆ ਜਾ, ਸ਼ਹੀਦ ਸਿੰਘਾਂ ਦੇ ਜਾਇਆ ਕਰ। ਲਗਭਗ 15-17 ਫਿਲਮਾਂ ਮੈਂ ਕਰ ਚੁੱਕਾ ਜੀ, ਜਿਨ੍ਹਾਂ ਵਿੱਚ ਭੋਜਪੁਰੀ, ਹਰਿਆਣਵੀ, ਪੰਜਾਬੀ, ਹਿੰਦੀ ਕੀਤੀਆਂ ਜੀ, ਅਤੇ ਪੰਜਾਬੀ ਸੌਂਗ ਤਾਂ ਸੈਂਕੜਿਆਂ ਵਿੱਚ ਹੀ ਹੈ ਜੀ। ਰੋਜ਼ਾਨਾ ਸਪੋਕਸਮੈਨ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਜਗਜੀਵਨ ਸਿੰਘ, ਜੋ ਪਹਿਲੋ ਨਾਮ ਸੀ ਮੇਰਾ ਜੈਜ਼ੀ ਲਾਹੌਰੀਆ, ਪਰ ਗੁਰੂ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਨਾਲ ਜਦੋਂ ਗੁਰੂ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਪੌਲ ਬਖਸ਼ੀ, ਆਪਣਾ ਬਾਣਾ ਬਖਸ਼ ਕੇ ਆਪਣੇ ਚਰਨਾਂ ਨਾਲ ਲਾਇਆ ਅਤੇ ਦਾਸ ਦਾ ਨਾਂ ਜਗਜੀਵਨ ਸਿੰਘ ਖਾਲਸਾ ਹੋ ਗਿਆ। ਦਾਸ ਜੰਡਿਆਲਾ ਗੁਰੂ, ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ, ਅਤੇ ਅੱਜ ਕੱਲ੍ਹ ਮੈਂ ਮਿਸਲ ਸ਼ਹੀਦਾਂ ਤਰਨਾ ਦਲ ਸ਼੍ਰੀ ਬਾਬਾ ਬਕਾਲਾ ਸਾਹਿਬ, ਜਿਨ੍ਹਾਂ ਦੇ ਮੁਖੀ ਸ਼੍ਰੀਮਾਨ ਸੰਤ ਬਾਬਾ ਗੱਜਣ ਸਿੰਘ ਜੀ, ਸਿੰਘ ਸਾਹਿਬ ਮੁਖੀ ਨੇ, ਉਹਨਾਂ ਦੀ ਰਹਿਨਮਾਈ ਦੇ ਹੇਠ ਜੋ ਸੀਗਾ ਮੈਂ ਦਲ ਪੰਥ ਦੇ ਵਿੱਚ ਜੋ ਦਾਸ ਆਪਣਾ ਸੇਵਾ ਨਿਭਾ ਰਿਹਾ। ਐਸਾ ਬਦਲਾਵ ਆਉਂਦਾ ਵੀ ਫਿਲਮੀ ਚਕਾ ਚੋਣ ਨੂੰ ਛੱਡ ਕੇ ਅਤੇ ਗੁਰੂ ਸਿੱਖ ਬਣ ਜਾਂਦਾ, ਐਸਾ ਕੀ ਬਦਲਾਵ ਆਇਆ ਜੀ? ਇਹ ਸਾਰਾ ਜੀ ਕੁਝ ਉਸ ਪਰਮੇਸ਼ੁਰ ਦੇ ਹੱਥ ਵੱਤ, ਜੋ ਅਕਾਲ ਪੁਰਖ ਨੇ ਕਿਰਪਾ ਕੀਤੀ, ਇਹ ਸਾਰਾ ਇਨਸਾਨ ਦੇ ਹੱਥ ਨਹੀਂ ਹੁੰਦਾ ਜੀ। ਅਸੀਂ ਤਾਂ ਕੱਠ ਪੁਤਲੀਆਂ ਨਚਾਉਣ ਵਾਲਾ ਜਿਹੜਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆ, ਉਹਨਾਂ ਨੇ ਅਚਾਨਕ ਹੀ ਬਸ ਇੱਕ ਐਸੀ ਚੋਜ ਰਚਾਇਆ ਕਿ ਜੈਜ਼ੀ ਲਾਹੌਰੀਆ ਤੋਂ ਜਗਜੀਵਨ ਸਿੰਘ ਦਾ ਰੂਪ ਬਖਸ਼ ਦਿੱਤਾ ਜੀ। ਰੂਪ ਤੋਂ ਸਰੂਪ ਕਹਾਂਗਾ ਜੀ, ਉਹ ਰੂਪ ਸੀਗਾ, ਇਹ ਸਰੂਪ ਆ ਗੁਰੂ ਪਾਤਸ਼ਾਹ ਦਾ ਬਖਸ਼ਿਆ ਜੀ। ਇਹ ਦਾਸ ਪੰਜਾਬ ਪੁਲਿਸ ਵਿੱਚ ਜੋਬ ਕਰਦਾ ਸੀ ਜੀ ਮੈਂ, ਅਤੇ 2004-5 ਤੋਂ ਲੈ ਕੇ ਅਤੇ 7 ਤੱਕ ਡਿਪਾਰਟਮੈਂਟ ਦੇ ਵਿੱਚ ਹੁੰਦਿਆਂ ਹੀ ਮੈਂ ਜਿਹੜਾ ਸੀਗਾ ਪੰਜਾਬੀ ਇੰਡਸਟਰੀ ਨਾਲ ਰਿਲੇਟਡ ਰਿਹਾ। 2007 ਵਿੱਚ ਮੈਂ VRS ਪੈਨਸ਼ਨ ਲੈ ਗਿਆ ਸੀ ਜੀ। ਉਸ ਤੋਂ ਬਾਅਦ 15 ਤੱਕ ਜੋ ਸੀਗਾ ਮੈਂ ਫਿਲਮ ਲਾਈਨ ਦੇ ਵਿੱਚ ਰਿਹਾ ਜੀ, ਅਤੇ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਜੀ, ਮੇਰੀ ਰੁੜਦੇ ਜਾਂਦੇ ਦੀ ਬਾਂਹ ਫੜੀ ਅਤੇ ਦਾਸ ਨੂੰ ਇਹ ਬਾਣਾ ਬਖਸ਼ ਦਿੱਤਾ ਜੀ। ਲਗਭਗ 15-17 ਫਿਲਮਾਂ ਮੈਂ ਕਰ ਚੁੱਕਾ ਜੀ, ਜਿਨ੍ਹਾਂ ਵਿੱਚ ਭੋਜਪੁਰੀ, ਹਰਿਆਣਵੀ, ਪੰਜਾਬੀ, ਹਿੰਦੀ ਕੀਤੀਆਂ ਜੀ, ਅਤੇ ਪੰਜਾਬੀ ਸੌਂਗ ਤਾਂ ਸੈਂਕੜਿਆਂ ਵਿੱਚ ਹੀ ਹੈ ਜੀ। ਉਸ ਦੇ ਵਿੱਚ ਜੀ ਬਹੁਤ ਕਿਰਪਾ ਹੋਈ ਗੁਰੂ ਪਾਤਸ਼ਾਹ ਜੀ ਦੀ ਜੀ। ਰੈਸਲਿੰਗ ਦੇ ਵਿੱਚ ਤਾਂ ਕਲਰਸ 'ਤੇ ਚੱਲਿਆ ਸੀ ਜੀ ਸ਼ੋਰਿੰਗ ਕਾ ਕਿੰਗ, ਉਸ ਦੇ ਵਿੱਚ ਮੈਂ ਉਸਦਾ ਮੇਨ ਕਮਿਸ਼ਨਰ ਸੀ, ਸਰਦਾਰ ਹਰਭਜਨ ਸਿੰਘ ਕ੍ਰਿਕਟਰ, ਜੋ ਸਾਡੇ ਗੁੱਡਵਿਲ ਬ੍ਰਾਂਡ ਅੰਬੈਸਡਰ ਸੀਗੇ ਜੀ। ਇਹ TNA ਦੇ ਨਾਲ ਸਾਡਾ ਟਾਈ ਅਪ ਸੀ ਜੀ, ਉਹਨਾਂ ਦੇ ਰਾਹੀਂ ਜੋ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਜੀ, ਉਦੋਂ ਕਲਰਸ 'ਤੇ ਕਾਫੀ ਇਹਦੀ ਪ੍ਰਸਿੱਧੀ ਹੋਈ ਜੀ ਸ਼ੋਅ ਦੀ। ਅਤੇ ਮੈਂ ਜੋ ਅੱਗੇ ਵੀ 3-4 ਇੰਟਰਵਿਊ ਹੋਈਆਂ ਨੇ, ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਸਾਰਾ ਕੁਛ ਉਸ ਅਕਾਲ ਪੁਰਖ ਦੇ ਹੱਥ ਹੈ ਜੀ। ਹੋਇਆ ਇਸ ਤਰ੍ਹਾਂ ਕਿ ਮੇਰੇ ਵਾਈਫ ਵੀ ਜੋਬ ਕਰਦੇ ਨੇ ਜੀ, ਹੁਣ ਤਾਂ ਉਹ ਰਿਟਾਇਰਮੈਂਟ ਲੈ ਲਈ ਉਹਨਾਂ ਨੇ ਕੁਛ ਮਹੀਨੇ ਪਹਿਲਾਂ, ਉਹ ਸਡਨਲੀ ਉਹਨਾਂ ਨੂੰ ਸੱਟ ਲੱਗਣ ਕਰਕੇ ਸਾਨੂੰ ਜਲੰਧਰ ਤੋਂ ਜੰਡਿਆਲਾ ਗੁਰੂ ਆਉਣਾ ਪਿਆ। ਉਦੋਂ ਮੈਂ ਬੰਬੇ ਤੋਂ ਆਇਆ ਹੀ ਸੀਗਾ, ਵਾਪਸ ਜਾਣਾ ਸੀਗਾ। ਇਸੇ ਦਰਮਿਆਨ ਹੀ ਇਹ ਸਾਰੀ ਇਸ ਤਰ੍ਹਾਂ ਮਹਾਰਾਜ ਨੇ ਚੋਜ ਰਚਾਇਆ ਕਿ ਮੈਨੂੰ ਮਿਲੇ ਜੀ ਸਾਡੇ ਦੋਸਤ ਨੇ ਬਾਬਾ ਦਰਸ਼ਨ ਸਿੰਘ ਜੀ, ਸਰਪੰਚ ਪਿੰਡ ਬੁੱਤਾਂ ਦੇ, ਉਹਨਾਂ ਦੇ ਸੰਗ ਨੇ ਇਹ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਮੈਨੂੰ ਇਹ ਬਾਣਾ ਬਖਸ਼ਿਆ ਜੀ। ਉਹਨਾਂ ਦੇ ਸੰਗ ਦੇ ਨਾਲ ਮੈਂ ਸਮਾਧਾ ਬਾਬਾ ਨੌਤ ਸਿੰਘ ਜੀ, ਜੋ ਅੰਮ੍ਰਿਤਸਰ ਤੋਂ ਤਰਨ ਤਾਰਨ ਸਾਹਿਬ ਰੋਡ 'ਤੇ ਆ ਜੀ, ਜਿੱਥੇ ਬਾਬਾ ਦੀਪ ਸਿੰਘ ਜੀ ਸ਼ਹੀਦ ਟਾਹਲਾ ਸਾਹਿਬ, ਜਿੱਥੇ ਸੀਸਲਾ ਸਾਹਿਬ ਬਾਬਾ ਜੀ ਦਾ
ਉੱਥੋਂ ਤਲੀ 'ਤੇ ਰੱਖ ਕੇ ਜਦੋਂ ਯੁੱਧ ਕੀਤਾ ਉਹਨਾਂ ਨੇ ਹਰਿਮੰਦਰ ਸਾਹਿਬ ਤੱਕ ਗਏ ਨੇ ਅਤੇ ਬਾਬਾ ਨੌਤ ਸਿੰਘ ਜੀ ਉਸ ਜਥੇ ਦੇ ਮੀਤ ਜਥੇਦਾਰ ਸੀਗੇ। ਇਹ ਸਮਾਧੀ 'ਤੇ ਬਾਬਾ ਜੀ ਦਾ ਉੱਥੇ ਸ਼ਹੀਦੀ ਸਥਾਨ ਹੈ ਜੀ। ਉੱਥੇ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਮੇਰਾ ਉੱਥੇ ਜਾਣਾ ਸਰਪੰਚ ਸਾਹਿਬ ਦੇ ਨਾਲ ਹੋ ਗਿਆ, ਬਾਬਾ ਦਰਸ਼ਨ ਸਿੰਘ ਹੋਣਾ ਦੇ ਨਾਲ। ਮੇਰਾ ਘਰ ਜੀ ਨਾ ਲੱਗਣਾ, ਘਰਦਿਆਂ ਨੇ ਕਹਿਣਾ ਤੂੰ ਚੱਲ ਟਿਕਦਾ ਕਿਉਂ ਨਹੀਂ ਗਾ, ਅਤੇ ਮੈਂ ਕੀ ਦੱਸਾਂ ਕਿ ਅੰਦਰਲੇ ਬਲਬਲੇ ਕੀ ਹੁੰਦੇ ਨੇ, ਇਹ ਕੋਈ ਗੁਰੂ ਪਾਤਸ਼ਾਹ ਦਾ ਰੰਗ ਹੀ ਹੋਰ ਸੀ। ਬਾਬਾ ਦਰਸ਼ਨ ਸਿੰਘ ਜੀ ਦੇ ਨਾਲ ਅਸੀਂ ਚੱਲ ਗਏ ਜੀ ਮੁਕਤਸਰ ਸਾਹਿਬ ਆਪਣੇ ਮਾਘੀ 'ਤੇ। ਉੱਥੇ ਸਾਡਾ ਮੇਲ ਹੋਇਆ ਜੀ ਮਹਾਂਪੁਰਖ ਸੰਤ ਬਾਬਾ ਗੁਰਦੇਵ ਸਿੰਘ ਜੀ, ਸ਼ਹੀਦੀ ਬਾਗ ਅਨੰਦਪੁਰ ਸਾਹਿਬ ਵਾਲੇ। ਬਾਬਾ ਦਰਸ਼ਨ ਸਿੰਘ ਮੈਨੂੰ ਕਹਿੰਦੇ ਵੀ ਆਪਾਂ ਲੋਹੜੀਆ ਸਾਹਿਬ ਮਿਲ ਕੇ ਜਾਣਾ ਮਹਾਂਪੁਰਖਾਂ ਦੇ ਦਰਸ਼ਨ ਕਰਕੇ, ਅਤੇ ਮੇਰੇ ਮਨ ਦੇ ਵਿੱਚ ਇਹ ਕਿ ਉਸ ਦਿਨ ਹੀ ਸਾਡੇ ਅੰਮ੍ਰਿਤਸਰ ਇੱਕ ਸ਼ਾਦੀ ਸੀ, ਮੈਂ ਕਿਹਾ ਲੇਟ ਨਾ ਹੋ ਜਾਈਏ, ਪਤਾ ਨਹੀਂ ਇੰਨੀ ਠੰਡ ਦੇ ਵਿੱਚ ਮਹਾਂਪੁਰਖ ਅੰਦਰ ਨਾ ਕਿਤੇ ਬੈਠੇ ਹੁਣ ਕਦੋਂ ਬਾਹਰ ਆਉਣਗੇ। ਅਤੇ ਉਹ ਮੈਨੂੰ ਕਹਿੰਦਾ ਟਿੱਬੀ ਸਾਹਿਬ ਚੱਲੀਏ ਆਪਾਂ। ਅਸੀਂ ਚਾਲੇ ਪਾ ਅਤੇ ਟਿੱਬੀ ਸਾਹਿਬ ਨੂੰ ਗੱਡੀ ਘੁਮਾਈ ਅਤੇ ਮਹਾਂਪੁਰਖ ਬਾਹਰ ਠੰਡ ਦੇ ਵਿੱਚ ਹੀ ਬਾਹਰ ਰੜੇ ਮੈਦਾਨ ਜਿੱਥੇ ਘੋੜੇ ਵੱਧੇ ਹੁੰਦੇ ਆ ਉੱਥੇ ਮਹਾਂਪੁਰਖ ਭੁੰਜੇ ਬੈਠੇ। ਮੈਂ ਵੇਖ ਕੇ ਹੈਰਾਨ ਵੀ ਇੰਨੀ ਠੰਡ ਦੇ ਵਿੱਚ ਇਹ ਮਹਾਂਪੁਰਖਾਂ ਨੇ ਇੱਥੇ ਡੇਰੇ ਲਾਏ ਹੋਏ ਨੇ। ਜਦੋਂ ਸਾਹਮਣੇ ਜਾ ਕੇ ਅਸੀਂ ਮੱਥਾ ਟੇਕਿਆ ਅਤੇ ਸਾਨੂੰ ਕਹਿੰਦੇ ਥੱਲੇ ਨਾ ਬੈਠਿਓ ਠੰਡ ਬੜੀ ਆ, ਅਤੇ ਇੱਕਦਮ ਦਾਸ ਦੇ ਮੂੰਹ ਨਿਕਲ ਗਿਆ ਕਿ ਮਹਾਂਪੁਰਖੋ ਆਪ ਜੀ ਥੱਲੇ ਬੈਠੇ, ਅਸੀਂ ਉੱਪਰ ਕਿੱਦਾਂ ਬੈਠ ਜਾਈਏ ਮੁੱਢ ਵਗੈਰਾ ਲੈ ਕੇ। ਸਾਹਮਣੇ ਬੈਠਦੇ ਸਾਰ ਹੀ ਬਾਬਾ ਜੀ ਕਹਿੰਦੇ ਮੈਨੂੰ ਸੰਤ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਵਾਲੇ, ਸਿੰਘਾ ਮੁੜਿਆ। ਮੈਂ ਕਿਹਾ ਜੀ ਮੁੜਿਆ ਨਹੀਂ ਜਾਂਦਾ। ਮੈਨੂੰ ਕਹਿੰਦੇ ਕੇਸਾਧਾਰੀ ਹੋ ਜਾ। ਮੈਂ ਕਿਹਾ ਜੀ ਮੈਂ ਤਾਂ ਹੋ ਨਹੀਂ ਸਕਦਾ, ਕਿਉਂਕਿ ਉਹ ਮੈਂ ਕਰਦਾ ਸੀ ਵਿਲਨ ਕਰੈਕਟਰ, ਸਿਰੋਂ ਬਾਲਡ ਸਿਰ ਤੋਂ ਗੰਜਾ ਇਕੱਲੀਆਂ ਮੁੱਛਾਂ ਰੱਖਦਾ ਸੀਗਾ, ਮੇਰਾ ਹੈ ਕਰੈਕਟਰ ਹੀ ਹੋ ਰਹੀ ਸੀ। ਤੀਜਾ ਭਜਨ ਥੋੜ੍ਹਾ ਕਰੜਾ ਕੀਤਾ ਉਹਨਾਂ ਨੇ, ਕਹਿੰਦੇ ਚੰਗਾ ਰਹੇਗਾ ਵਾਪਸ ਆ ਜਾ, ਸ਼ਹੀਦ ਸਿੰਘਾਂ 'ਤੇ ਜਾਇਆ ਕਰ। ਮੈਂ ਅੱਗੋਂ ਕੋਈ ਜਵਾਬ ਨਹੀਂ ਦਿੱਤਾ ਅਤੇ ਵਾਪਸ ਆ ਗਏ। ਰਸਤੇ ਵਿੱਚ ਮੈਨੂੰ ਸਰਪੰਚ ਸਾਹਿਬ ਕਹਿੰਦੇ ਬਾਬਾ ਦਰਸ਼ਨ ਸਿੰਘ ਹੋਣੀ ਕਿ ਜੀਵਨ ਸਿੰਘ ਇਹ ਤਾਂ ਸੰਤ ਕਿਸੇ ਨੂੰ ਮਹਾਂਪੁਰਖ ਆਉਂਦੇ ਨਹੀਂ, ਵੀ ਤੂੰ ਕੇਸ ਰੱਖ ਜਾਂ ਨਾ ਰੱਖ, ਤੇਰੀ ਕੋਈ ਪੁਰਾਣੀ ਖੇਡ ਆ, ਤੂੰ ਰੱਖ ਲਾ। ਮੈਂ ਕਿਹਾ ਮੈਨੂੰ ਕੋਈ ਲੱਖ ਰੁਪਈਆ ਦੇਵੇ ਮੈਂ ਤਾਂ ਨਾ ਰੱਖਾਂ। ਅਸੀਂ ਵਾਪਸ ਆ ਗਏ। ਦੋ ਤਿੰਨਾਂ ਦਿਨਾਂ ਬਾਅਦ ਹੀ ਬਾਬਾ ਜੀ ਦਾ ਮੈਨੂੰ ਫੋਨ ਆਇਆ ਦਰਸ਼ਨ ਸਿੰਘ ਹੋਣਾ ਦਾ, ਵੀ ਆ ਤੈਨੂੰ ਇੱਕ ਸਾਧੂ ਨਾਲ ਮਿਲਾਈਏ, ਇੱਕ ਸਾਡੇ ਸਿੰਘ ਨੇ ਜੀ ਨਾਥ ਜੀ ਅਸੀਂ ਕਹਿੰਦੇ ਉਹਨਾਂ ਨੂੰ, ਅਤੇ ਉਹਦਾ ਮਲਵਈ ਵੀ ਕਹਿ ਦਿੰਦੇ ਨੇ, ਉਹ ਬਿਅੰਗਮ ਨੇ ਜੀ ਸਾਡੇ। ਉਹ ਆਏ ਅਤੇ ਬਾਬਾ ਜੀ ਦੇ ਘਰ ਗਏ, ਜਾਂਦਿਆਂ ਨੂੰ ਉਹਨਾਂ ਨਾਲ ਅਸੀਂ ਮੇਲ ਹੋਇਆ, ਅਤੇ ਉਹ ਮੈਨੂੰ ਆਖਣ ਲੱਗ ਪਏ ਜੀਵਨ ਸਿੰਘ ਜੇ ਪਰਮੇਸ਼ਰ ਨੇ ਚਾਹਿਆ ਅੱਜ ਤੋਂ ਬਾਅਦ ਉਹ ਕੇਸ ਕਤਲ ਨਹੀਂ ਕਰਾਉਣੇ, ਜੇ ਭਾਗਾਂ 'ਚ ਨਾ ਹੋਏ ਤਾਂ ਰੱਖ ਨਹੀਂ ਸਕਦਾ। ਅਤੇ ਬਚਨ ਇੱਦਾਂ ਦੇ ਹੋਰ ਕਰਦਿਆਂ ਅਸੀਂ ਅੰਮ੍ਰਿਤਸਰ ਨੂੰ ਚਾਲੇ ਮਾਰਤੇ, ਵਾਪਸ ਆਉਂਦਿਆਂ ਅਸੀਂ ਸਮਾਧੇ ਚਲੇ ਗਏ। ਹੁਣ ਸਮਾਧੇ ਜਾਂਦਿਆਂ ਵੀ ਇੱਕ ਮੈਂ ਅੱਗੇ ਵੀ ਦੱਸ ਚੁੱਕਾ ਮੈਂ ਪਹਿਲੀ ਇੰਟਰਵਿਊ ਵਿੱਚ ਕਿ ਬਾਬਾ ਦਰਸ਼ਨ ਸਿੰਘ ਹੁਣੀ ਜਿਹੜੇ ਸੀ ਸਰਪੰਚ ਸਾਹਿਬ, ਉਹ ਨਹੀਂ ਸੀ ਚਾਹੁੰਦੇ ਕਿ ਆਪਾਂ ਸਮਾਧੇ ਜਾਈਏ, ਕਿਉਂਕਿ ਉਹਨਾਂ ਨੂੰ ਇਹ ਸੀ ਕਿ ਨਾਥ ਜੀ ਉੱਥੇ ਉਤਰ ਜਾਣਗੇ। ਮੈਂ ਅੰਦਰੋਂ ਅੰਦਰ ਹੀ ਮੇਰਾ ਜਿਹੜਾ ਸੀ ਨਾ ਭਾਵਨਾ ਸੀ ਕਿ ਭਾਵਨਾਵਾਂ ਇਹਨੇ ਮੱਥਾ ਟਿਕਾ ਲਈਏ, ਮੈਂ ਨਹੀਂ ਰਹਿੰਦਾ ਉੱਥੇ, ਨਾਲ ਆ ਜੂੰਗਾ। ਕਹਿੰਦੇ 7 ਵਜਣ ਅਸੀਂ ਜਦੋਂ ਗਏ ਹਾਂ ਅੰਦਰ, ਹਜੇ ਗੱਡੀ ਵਾੜੀ ਆ ਅਤੇ ਮਹਾਂਪੁਰਖ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਵਾਲੇ ਇਹ ਚਾਲਿਆਂ 'ਚ ਗੱਡੀ 'ਚ ਬੈਠੇ ਸੀ, ਅਤੇ ਆਪਣੇ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਬਾਬਾ ਗੱਜਣ ਸਿੰਘ ਜੀ ਮਹਾਂਪੁਰਖ ਇਹ ਖਲੋਤੇ ਸੀਗੇ, ਨਾਲ ਹੋਰ ਵੀ ਕਾਫੀ ਸਿੰਘ ਸੀ। ਜਾ ਕੇ ਜਦੋਂ ਅਸੀਂ ਅੰਦਰ ਗੱਡੀ 'ਚੋਂ ਉਤਰ ਕੇ ਅਤੇ ਉਹਨਾਂ ਵੱਲ ਮਹਾਂਪੁਰਖਾਂ ਵੱਲ ਗਏ ਹਾਂ, ਅਤੇ ਮਹਾਂਪੁਰਖਾਂ ਨੇ ਬਾਬਾ ਗੁਰਦੇਵ ਸਿੰਘ ਹੋਣਾ ਮੈਨੂੰ ਕੁਝ ਉਂਗਲ ਦੇ ਨਾਲ ਇਸ਼ਾਰਾ ਕਰ ਰਹੇ ਸੀ, ਪਰ ਮੈਨੂੰ ਸਮਝ ਨਹੀਂ ਕੀ ਕਹਿ ਰਹੇ ਸੀ। ਮੈਂ ਸੁੱਧ ਬੁੱਧ ਖਵਾ ਬੈਠਾ ਸੀ ਉਸ ਟਾਈਮ, ਵਿਰਾਗ ਦੇ ਵਿੱਚ ਮੇਰੀ ਅੱਖਾਂ 'ਚ ਪਾਣੀ ਸੀ, ਮੈਂ ਕੁਛ ਨਹੀਂ ਸਮਝ ਆ ਰਹੀ ਸੀ। ਜਾ ਕੇ ਮੱਥਾ ਟੇਕਿਆ, ਟੇਕ ਕੇ ਅਤੇ ਮਹਾਂਪੁਰਖਾਂ ਨੇ ਮੈਨੂੰ ਮੈਂ ਝੋਲੀ ਅੱਡਤੀ ਅੱਗੇ ਉਹਨਾਂ ਦੇ। ਮੈਂ ਕਿਹਾ ਜੀ ਤੁਸੀਂ ਝੋਲੀ ਜੋ ਪਾਉਣਾ ਕਰ ਦਿਓ ਕਿਰਪਾ। ਮਹਾਂਪੁਰਖ ਪਤਾ ਨਹੀਂ ਉਹਦੇ ਕੋਲ ਮੇਰੇ ਪੂਰਬਲੇ ਕਰਮ ਜਗਣੇ ਸੀਗੇ ਜੀ ਮਹਾਂਪੁਰਖਾਂ ਦੇ, ਬਾਬਾ ਜੀ ਕੋਲ ਅਰਦਾਸ ਕਰਾਇਓ ਬਾਬਾ ਗੱਜਣ ਸਿੰਘ ਜੀ ਦੇ ਕੋਲੋਂ। ਅਤੇ ਮੈਨੂੰ ਇਹ ਸੀ ਵੀ ਸ਼ਾਇਦ ਅਰਦਾਸ ਬਾਅਦ 'ਚ ਅੰਦਰ ਗੁਰਦੁਆਰਾ ਸਾਹਿਬ ਕਰਨਗੇ ਜਾਂ ਬਾਅਦ 'ਚ ਕਰਨਗੇ। ਉਹਨਾਂ ਨੇ ਸ਼ਹੀਦੀ ਪਹਿਰਿਆਂ ਵਿੱਚ ਉੱਥੇ ਹੀ ਅਰਦਾਸ ਕਰ ਦਿੱਤੀ ਕਿ ਅੱਜ ਤੋਂ ਬਾਅਦ ਇਹ ਸਿੰਘ ਕੇਸ ਕਤਲ ਨਹੀਂ ਕਰਾਊਗਾ। ਸਿੰਘਾਂ ਜਕਾਰੇ ਛੱਡ ਦਿੱਤੇ। ਉੱਥੇ ਹੀ ਇੱਕ ਸਾਡੇ ਲੱਖਾ ਸਿੰਘ ਆ ਜੀ ਡਰਾਈਵਰ ਸੀਗੇ, ਉਹ ਸਿੰਘ ਬੜਾ ਮਜ਼ਾਕੀਆ ਵਾ, ਮੈਨੂੰ ਕਹਿੰਦਾ ਸਿੰਘਾ ਗਰਮਾਲਾ ਅੱਜ ਫੇਰ ਲਾ, ਮੁੜ ਕੇ ਨਾ ਫੇਰੀ, ਇਹ ਸਿੰਘ ਸ਼ੇਵ ਕਰਨ ਨੂੰ ਗਰਮਾਲਾ ਕਹਿੰਦੇ ਆ। ਅਤੇ ਮਹਾਂਪੁਰਖ ਪੈ ਗਏ ਉਹਨੂੰ, ਕਹਿੰਦੇ ਨਾ ਨਾ ਨਾ, ਕਹਿੰਦੇ ਵੇਖ ਲਾ ਸਥਾਨ ਕਿਹੜਾ, ਸ਼ਹੀਦ ਸਿੰਘਾਂ ਦਾ ਸਥਾਨ ਆ, ਇੱਥੇ ਅਰਦਾਸ ਹੋ ਗਈ ਆ, ਹੁਣ ਇਹ ਕੰਮ ਨਹੀਂ ਕਰਨਾ। ਬਸ ਉੱਥੋਂ ਜਿਉਂ ਗੁਰੂ ਪਾਤਸ਼ਾਹ ਨੇ ਸ਼ੁਰੂਆਤ ਕੀਤੀ ਆ ਜੀ, ਅਤੇ ਫਿਰ ਮੈਂ ਕੇਸ ਰੱਖ ਲਏ ਜੀ। ਕੇਸ ਰੱਖ ਕੇ ਅਤੇ ਅਨੰਦਪੁਰ ਸਾਹਿਬ ਗਏ ਹਾਂ ਹੋਲੇ ਮਹੱਲੇ, ਅਤੇ ਉੱਥੇ ਫਿਰ ਗੁਰੂ ਪਾਤਸ਼ਾਹ ਦੇ ਜਿਹੜੇ ਸੀਗੇ ਸਿੰਘਾਂ ਦੇ ਦਰਸ਼ਨ ਕੀਤੇ, ਉਹਨਾਂ ਦੀ ਚਰਨ ਧੂੜ ਪਈ। ਥੋੜ੍ਹੇ ਚਿਰ ਬਾਅਦ ਆਣ ਕੇ ਫਿਰ ਇੱਥੋਂ ਬਾਬਾ ਬਕਾਲਾ ਸਾਹਿਬ ਤੋਂ ਜਦੋਂ ਸੀਗਾ ਖੰਡੇ ਬਾਟੇ ਦੀ ਪੌਲ ਗੁਰੂ ਪਾਤਸ਼ਾਹ ਨੇ ਬਖਸ਼ੀ,
ਅਤੇ ਉੱਥੋਂ ਹੀ ਫਿਰ ਮਹਾਰਾਜ ਨੇ ਬਾਣਾ ਬਖਸ਼ ਦਿੱਤਾ ਜੀ। ਬਾਬਾ ਜੀ ਇਹ ਜਿਹੜੀ ਹੁੰਦੀ ਆ ਨਾ ਜੀ, ਆਪਾਂ ਆਖੀਏ ਵੀ ਲੜ ਕਿੱਥੇ, ਲੜਦੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੱਗੇ ਹਾਂ ਜੀ। ਸ਼ਹੀਦ ਸਿੰਘਾਂ ਦੀ ਕਿਰਪਾ ਹੋਈ ਸਾਰੀ ਜੀ, ਅਤੇ ਮਹਾਂਪੁਰਖ ਬਾਬਾ ਗੁਰਦੇਵ ਸਿੰਘ ਜੀ ਨੇ ਪਹਿਲੇ ਦਿਨ ਹੀ ਮੈਨੂੰ ਕਹਿਤਾ ਮੁੜਿਆ, ਅਤੇ ਮੈਨੂੰ ਜਿਹੜਾ ਸੀਗਾ ਅਰਦਾਸਾ ਕੀਤਾ ਬਾਬਾ ਗੱਜਣ ਸਿੰਘ ਜੀ ਮਹਾਂਪੁਰਖਾਂ ਨੇ। ਬਸ ਇੱਥੋਂ ਹੀ ਤੁਸੀਂ ਦੇਖ ਲਓ ਜੀ ਵੀ ਸ਼ਹੀਦ ਸਿੰਘਾਂ ਕਿਰਪਾ ਕਰਨੀ ਸੀ ਜੀ, ਆਪਣੇ ਬੱਚੇ ਨੂੰ ਬੁਲਾਉਣਾ ਸੀਗਾ, ਆਪਣੇ ਨਾਲ ਚਰਨਾਂ ਦੇ ਲਾਉਣਾ ਸੀ, ਆਪਣਾ ਬਾਣਾ ਬਖਸ਼ਣਾ ਸੀ, ਕਿਉਂਕਿ ਇਹ ਸਰੂਪ ਜਿਹੜਾ ਸੀਗਾ ਬਾਬਾ ਫਤਿਹ ਸਿੰਘ ਜੀ ਨੇ ਜਿਹੜਾ ਪ੍ਰਗਟ ਕੀਤਾ ਸੀਗਾ ਉਸ ਟਾਈਮ ਦਸਮ ਪਾਤਸ਼ਾਹ ਵੇਲੇ। ਉਹਨਾਂ ਮਹਾਰਾਜ ਨੇ ਕਿਹਾ ਸੀਗਾ ਕਿ ਬਾਬਾ ਫਤਿਹ ਸਿੰਘ ਜੀ ਇਹ ਤੁਹਾਡੀ ਜਿਹੜੀ ਆ ਇੱਕ ਲਾਡਲੀ ਫੌਜ ਹੋਏਗੀ ਤੁਹਾਡੇ ਇਸ ਰੂਪ ਦੇ ਵਿੱਚ, ਜਦੋਂ ਬਾਬਾ ਫਤਿਹ ਸਿੰਘ ਜੀ ਇਸ ਅਕਾਲੀ ਰੂਪ ਦੇ ਵਿੱਚ ਮਹਾਰਾਜ ਦੇ ਸਾਹਮਣੇ ਪੇ ਗਏ ਸੀ, ਜਦੋਂ ਇਹ ਬਾਬਾ ਫਤਿਹ ਸਿੰਘ ਜੀ ਦੀ ਅਕਾਲੀ ਫੌਜ ਆ ਜੀ। ਅਸੀਂ ਅੱਜ ਵੀ ਅਰਦਾਸ ਕਰਦੇ ਹਾਂ ਅਤੇ ਅਰਦਾਸੇ ਵਿੱਚ ਆਉਂਦਾ ਵਾ ਇੱਕ, ਹਾਂਜੀ ਬਾਬਾ ਫਤਿਹ ਸਿੰਘ ਜੀ ਅਤੇ ਜਥੇ ਸਿੰਘ ਜੀ, ਇਹ ਸਾਰੇ ਜਥੇ ਜਿਹੜੇ ਆ ਇਹ ਸਿੰਘਾਂ ਦੇ ਬਾਬਾ ਫਤਿਹ ਸਿੰਘ ਜੀ ਦੇ ਆ ਜੀ। ਸੋ ਗੁਰੂ ਪਾਤਸ਼ਾਹ ਜੀ ਨੇ ਇਹ ਸਰੂਪ ਜਿਹੜਾ ਬਖਸ਼ਿਆ ਜੀ, ਉਹਨਾਂ ਦਾ ਕੋਟਾਨਕੋਟ ਧੰਨਵਾਦ ਜੋ ਗਰੀਬ ਨੂੰ ਰੁੜਦੇ ਜਾਂਦੇ ਨੂੰ ਕੱਢ ਲਿਆ ਜੀ, ਅਤੇ ਬਾਹੋਂ ਫੜ ਕੇ ਆਪਣੇ ਚਰਨਾਂ ਨਾਲ ਲਾਇਆ ਜੀ, ਹੁਣ ਜ਼ਿੰਦਗੀ ਦਾ ਆਨੰਦ ਲੈ ਰਹੇ। ਮੇਰੀ ਸਾਰੇ ਛੋਟੇ ਵੀਰਾਂ ਨੂੰ ਬੇਨਤੀ ਆ, ਮੇਰੇ ਬੱਚਿਆਂ ਨੂੰ ਛੋਟੇ ਵੀਰਾਂ ਨੂੰ, ਕਿ ਜੋ ਵੀ ਸਿੱਖੀ ਤੋਂ ਮੁਨਕਰ ਹੋਏ ਨੇ, ਦੂਰ ਹੋਏ ਨੇ, ਉਹ ਕੇਸਾਧਾਰੀ ਹੋ ਜਾਓ, ਤਿਆਰ ਬਾਰ ਤਿਆਰ ਸਿੰਘ ਸੱਜੋ, ਖੰਡੇ ਬਾਟੇ ਦੀ ਪੋਹ ਲਓ, ਜੋ ਕਿ ਇੱਕ ਸਿੱਖ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਆ। ਨਸ਼ੇ ਪੱਤੇ ਦਾ ਜਿਹੜਾ ਸੀਗਾ ਰੁਝਾਨ ਅੱਜ ਕੱਲ੍ਹ ਜਿਸ ਤਰ੍ਹਾਂ ਸੁਣਨ 'ਚ ਆਇਆ ਵਾ, ਪਰ ਮੈਂ ਤਾਂ ਦੇਖਿਆ ਬਹੁਤ ਘੱਟ ਹੀ ਸਾਨੂੰ, ਤਾਂ ਜਾਂ ਤਾਂ ਜਿਸ ਤਰ੍ਹਾਂ ਦੇ ਚੋਰ ਨੂੰ ਚੋਰ, ਯਾਰ ਨੂੰ ਯਾਰ, ਸ਼ਰਾਬੀ ਨੂੰ ਸ਼ਰਾਬੀ ਮਿਲਦਾ, ਸਾਨੂੰ ਤਾਂ ਮਿਲਦਾ ਕੋਈ ਨਹੀਂ, ਅਤੇ ਪਰ ਫਿਰ ਵੀ ਆ ਮੈਂ ਇਹ ਬੇਨਤੀ ਕਰਾਂਗਾ ਕਿ ਤੁਸੀਂ ਨਸ਼ੇ ਪੱਤੇ ਤੋਂ ਦੂਰ ਰਹੋ, ਮਾਂ ਬਾਪ ਦੀ ਜ਼ਰੂਰ ਜਿਹੜੀ ਆ ਤੁਸੀਂ ਇੱਜ਼ਤ ਕਰੋ, ਉਹਨਾਂ ਦਾ ਸਤਿਕਾਰ ਜਿੰਨਾ ਕਰ ਸਕਦੇ ਉਨਾ ਹੀ ਥੋੜ੍ਹਾ ਵਾ, ਅਤੇ ਜੋ ਵੀ ਇਨਸਾਨ ਜਿਹੜੇ ਧਰਮ ਵਿੱਚ ਆ ਉਹ ਪਰਪੱਕ ਰਹੇ, ਜਿੱਦਾਂ ਜੋ ਸਿੱਖਾਂ ਦੇ ਬੱਚੇ ਆ ਜੋ ਮੈਂ ਕਹਾਂ ਕਿ ਕੇਸ ਕਤਲ ਕਰਾਉਂਦੇ ਨੇ, ਭਾਈ ਉਹ ਨਾ ਕਰਾਓ ਅਤੇ ਆ ਜਾਓ। ਪਹਿਲੀਆਂ ਇੰਟਰਵਿਊ ਦੇ ਬਾਅਦ ਮੈਨੂੰ ਕਾਫੀ ਦੋਸਤਾਂ ਦੇ, ਮੈਂ ਦੋਸਤ ਹੀ ਕਹਾਂਗਾ ਬੱਚਿਆਂ ਨੂੰ, ਕੌਲ ਆਈ ਕਿ ਅਸੀਂ ਬਾਬਾ ਜੀ ਹੁਣ ਕੇਸ ਰੱਖ ਲਿਆ, ਅੱਜ ਤੋਂ ਬਾਅਦ ਕਤਲ ਨਹੀਂ ਕਰਾਵਾਂਗੇ। ਮਨ ਨੂੰ ਬੜੀ ਖੁਸ਼ੀ ਹੁੰਦੀ ਆ। ਮੈਂ ਕਿਹਾ ਸੀਗਾ ਕਿ ਜੇ ਮੇਰੀ ਇੰਟਰਵਿਊ ਦੇਖ ਕੇ ਇੱਕ ਵੀ ਬੱਚਾ ਕੇਸ ਰੱਖ ਲਓ ਤਾਂ ਮੇਰੀ ਇੰਟਰਵਿਊ ਸਫਲਾ ਹੋਏਗੀ, ਪਰ ਉਹ ਇੱਕ ਨਹੀਂ, ਉਹ ਕਿੰਨੇ ਹੀ ਮੈਨੂੰ ਫੋਨ ਆ ਗਏ, ਮੈਸੇਜ ਆਏ, ਮੇਰੇ ਕੋਲ ਨੰਬਰ ਮੰਗਿਆ, ਮੈਂ ਨੰਬਰ ਦਿੱਤਾ, ਉਹ ਫਿਰ ਸਾਰਿਆਂ ਨੇ ਮੈਨੂੰ ਕਾਲ ਵੀ ਕੀਤੀ, ਬਾਬਾ ਜੀ ਅਸੀਂ ਫੋਟੋ ਭੇਜਾਂਗੇ ਤੁਹਾਨੂੰ। ਮੈਂ ਕਿਹਾ ਬਾਬਾ ਜੀ ਨੇ ਕਹੋ, ਬਾਬਾ ਜੀ ਅਲਫਾਜ਼ ਬਹੁਤ ਉੱਚਾ ਵਾ, ਅਤੇ ਮੈਨੂੰ ਸਿੰਘ ਸਾਹਿਬ ਕਹਿ ਲਓ, ਜਗਜੀਵਨ ਸਿੰਘ ਕਹਿ ਲਓ, ਨਿਹੰਗ ਸਿੰਘ ਜੀ ਕਹਿ ਲਓ। ਅਤੇ ਹੁਣ ਮੈਂ ਆਪ ਜੀ ਜੋ ਇਸ ਚੈਨਲ ਦੇ ਰਾਹੀਂ ਵੀ ਜੋ ਸਾਰੇ ਵੀਰ ਦਰਸ਼ਕ ਜੋ ਦੇਖ ਰਹੇ ਨੇ, ਇਹ ਦਾਸ ਦੇ ਬਚਨ ਸੁਣ ਰਹੇ ਨੇ, ਉਹਨਾਂ ਦੇ ਚਰਨਾਂ 'ਚ ਬੇਨਤੀ ਆ ਕਿ ਤਿਆਰ ਬਰ ਤਿਆਰ ਸਿੰਘ ਸੱਜੋ, ਅੰਮ੍ਰਿਤਧਾਰੀ ਹੋ, ਖੰਡੇ ਬਾਟੇ ਦੀ ਪੋਲ ਛਕੋ, ਅਤੇ ਕੇਸਾਧਾਰੀ ਹੋ ਗਏ, ਚੜ੍ਹਦੀ ਕਲਾ ਵਾਲੇ ਜੀਵਨ ਬਤੀਤ ਕਰੋ, ਗੁਰੂ ਪਾਤਸ਼ਾਹ ਤੁਹਾਡੇ ਅੰਗ ਸੰਗ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।